एक ही रात में दो घर और एक दुकान को बनाया निशाना। बड़ी मात्रा में सोने के गहने और नकदी ले उड़े चोर। वारदात सीसीटीवी में कैद। होशियारपुर मुकेरियां के कस्बा हाजीपुर में बीती रात चोरों ने दो घरों और एक दुकान में चोरी की बड़ी वारदात को अंजाम दिया। मामला हाजीपुर के ट्रक यूनियन नजदीक पड़ते घरों का है, जहां रात में चोरों ने इस चोरी को अंजाम दिया। चोरी की पूरी घटना वहां लगे सीसीटीवी कैमरों में कैद हो गई है। इस संबंध में अधिक जानकारी देते हुए चोरी का शिकार हुए व्यक्ति परमवीर सिंह ने बताया कि मेरे घर और दुकान से चोरों ने 1 लाख के करीब नकदी और 3 तोले सोना चुरा लिया। वहीं दूसरे व्यक्ति लखविंदर सिंह ने बताया कि चोरों ने मेरे घर से 20,000 नकदी और 4 तोले सोना चुरा ले गए। चोरी का शिकार हुए लोगों का कहना है कि चोरी की घटनाएं दिन प्रतिदिन बढ़ती ही जा रही है और पुलिस इन्हें रोकने में असमर्थ है। लोगों ने पुलिस से मांग की है कि जल्द से जल्द इन चोरों को पकड़ा जाए। ਮੇਰਾ ਨਾਮ ਲਖਵਿੰਦਰ ਸਿੰਘ ਜੀ। ਸਰ ਜਿਹੜੀ ਰਾਤ ਚੋਰੀ ਹੋਈ, ਕਿੰਨਾ ਨੁਕਸਾਨ ਹੋਇਆ? ਨੁਕਸਾਨ ਭਾਅ ਜੀ 20,000 ਦੇ ਲਗਭਗ ਹੋ ਗਿਆ ਕੈਸ਼ ਦਾ। ਤੁਹਾਨੂੰ ਕਦੋਂ ਪਤਾ ਲੱਗਾ ਚੋਰੀ? ਜਦੋਂ ਸਵੇਰੇ ਸ਼ੋਪ ਓਪਨ ਕੀਤੀ ਆ ਅਤੇ ਉਦੋਂ ਗੱਲੇ ਵਗੈਰਾ ਦੇ ਲੋਕ ਟੁੱਟੇ ਹੋਏ ਸੀ ਅਤੇ ਖੁੱਲ੍ਹੇ ਹੋਏ ਸੀ ਲੋਕ। ਇਸ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ? ਹਾਂਜੀ, ਪੁਲਿਸ ਨੂੰ FIR ਕਰਾਈ ਹੋਈ ਹੈ ਅਤੇ ਦੇਖੋ ਹੋਪ ਹੈ ਕਿ ਛੇਤੀ ਕਰਨਗੇ ਉਹ ਵੀ ਹੱਲ। ਲੱਗਦਾ ਵਾਰਦਾਤਾਂ ਜਿਹੜੀਆਂ ਹੁੰਦੀਆਂ ਕੋਈ ਪੁਲਿਸ ਦਾ ਜਿਹੜਾ ਪਹਿਰਾ ਲੱਗਣਾ ਜ਼ਰੂਰੀ ਰਾਤ ਜੀ? ਲੱਗਣਾ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਇੱਦਾਂ ਦਾ ਮਾਹੌਲ ਨਾ ਹੋਰ ਵੱਧ ਸਕੇ। ਮੰਗ ਇਹ ਹੈ ਕਿ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਕਿ ਦਹਿਸ਼ਤ ਦਾ ਮਾਹੌਲ ਹੋਰ ਨਾ ਫੈਲੇ। ਪਰਮਵੀਰ ਸਿੰਘ ਜੀ, ਨੁਕਸਾਨ ਜੀ ਪਹਿਲੇ ਸਵੇਰੇ ਤਾਂ ਆਈਡੀਆ ਸੀਗਾ ਕਿ ਕੈਸ਼ ਹੀਗਾ ਪਿਆ ਬਾਹਰ 50,000 ਦਾ, ਉਹ ਆਈਡੀਆ ਸੀ। ਬਾਅਦ 'ਚ ਚੰਗੀ ਤਰ੍ਹਾਂ ਥੋੜ੍ਹਾ ਚੈੱਕ ਕੀਤਾ ਅਤੇ ਫਿਰ ਥੋੜ੍ਹਾ ਗੋਲਡ ਸੀਗਾ 2-3 ਤੋਲੇ, ਉਹ ਲੈ ਗਏ ਅਤੇ ਬਾਕੀ ਕੈਸ਼ ਹੈਗਾ ਥੋੜ੍ਹਾ ਤਿਜੋਰੀ 'ਚ 30-40 ਹਜ਼ਾਰ ਉਹ ਸੀ, 30-40 ਹਜ਼ਾਰ 50,000 ਬਾਹਰ ਪਿਆ ਸੀ ਅਤੇ ਕੋਈ 1 ਲੱਖ ਦੇ ਆਸ ਪਾਸ ਕੈਸ਼ ਸੀਗਾ, ਬਾਕੀ ਗੋਲਡ ਸੀ। ਸਵੇਰੇ ਪਤਾ ਲੱਗਾ ਜਦੋਂ ਦੁਕਾਨ 'ਤੇ ਆਏ ਅਤੇ ਐਕਚੁਲੀ ਰਾਤੀ ਥੋੜ੍ਹਾ ਬਾਹਰ ਗਏ ਸੀ, ਘਰ ਹੈ ਨਹੀਂ ਸੀ ਅਤੇ ਹਾਂ ਤਾਲੇ ਵਗੈਰਾ ਉੱਪਰ ਟੁੱਟੇ ਸੀ, ਸਮਾਨ ਵਿਖਰਿਆ ਸੀ ਥੋੜ੍ਹਾ। ਹਾਂਜੀ ਹਾਂਜੀ, ਸਵੇਰੇ FIR ਕਰਾਈ ਸੀ, ਉਹ ਆ ਕੇ ਦੇਖ ਕੇ ਗਏ ਸੀ ਮੌਕੇ 'ਤੇ। ਬਾਕੀ ਹੁਣ ਦੇਖੋ ਜੋ ਵੀ ਬਿਲਕੁਲ ਜੀ, ਇਸ ਵੇਲੇ ਚੋਰੀਆਂ ਬਹੁਤ ਵਧੀਆਂ ਵਾ, ਉਹਨਾਂ ਨੂੰ ਡਰ ਹੀ ਹੈ ਨਹੀਂ ਕੋਈ, ਬਿਲਕੁਲ ਵੀ ਜ਼ਰੂਰ ਸਖਤੀ ਹੋਣੀ ਚਾਹੀਦੀ ਇਹਦੇ ਖਿਲਾਫ਼ ਬਿਲਕੁਲ। ਮੰਗ ਤਾਂ ਦੇਖੋ ਜੀ ਪਤਾ ਹੀ ਹੈ ਸਾਰਿਆਂ ਦੇ ਨਾਲ ਹੀ ਆ ਜੀ, ਜੋ ਵੀ ਇਸ ਚੀਜ਼ 'ਤੇ ਥੋੜ੍ਹਾ ਕੰਟਰੋਲ ਹੋਣਾ ਚਾਹੀਦਾ, ਬਹੁਤ ਦੁਖੀ ਹੈ ਲੋਕ ਇਸ ਚੀਜ਼ ਤੋਂ, ਬਿਲਕੁਲ ਵੀ ਸੇਫਟੀ ਨਹੀਂ ਹੈਗੀ, ਰਾਹ ਜਾਂਦੇ ਵੀ ਚੋਰੀਆਂ ਤਾਂ ਘਰ 'ਚ ਵੀ ਦਿਨ ਦਿਹਾੜੇ ਵੀ, ਇਹ ਚੀਜ਼ ਦੀ ਥੋੜ੍ਹੀ ਸਖਤੀ ਹੋਣੀ ਚਾਹੀਦੀ ਸਰਕਾਰ ਨੂੰ। ਹੁਣ ਦੇਖੋ ਨਵੀਂ ਸਰਕਾਰ ਆਈ, ਉਦੋਂ ਦਾ ਤਾਂ ਕੋਈ ਐਡਾ ਕੋਈ ਫਰਕ ਨਹੀਂ ਦਿਖਿਆ ਕਿ ਜਿਸ ਹਿਸਾਬ ਨਾਲ ਵੀ ਚੋਰੀਆਂ ਪਹਿਲੇ ਵੀ ਹੁੰਦੀਆਂ ਸੀ ਹੁਣ ਵੀ ਵਧੀਆਂ ਹੀ ਆ, ਸਗੋਂ ਘਟੀਆਂ ਨਹੀਂ ਆ। ਇਹ ਚੀਜ਼ 'ਤੇ ਥੋੜ੍ਹੀ ਸਖਤੀ ਹੋਣੀ ਚਾਹੀਦੀ ਜ਼ਰੂਰ ਜ਼ਿਆਦਾ।